ਕੱਲ੍ਹ 26 ਜਨਵਰੀ ਹੈ, ਗਣਤੰਤਰ ਦਿਵਸ ਆ। ਉਹ ਹਮੇਸ਼ਾ ਹੀ ਸੁਰੱਖਿਆ ਦੇ ਮੱਦੇਨਜ਼ਰ ਅਸੀਂ ਇਹ ਸਾਰੀਆਂ ਕਾਰਵਾਈਆਂ ਕਰਦੇ ਹਾਂ। ਅਤੇ ਅੱਜ ਪਠਾਨਕੋਟ ਦੇ ਵਿੱਚ ਸਿਟੀ ਦੇ ਵਿੱਚ ਫਲੈਗ ਮਾਰਚ, ਸੁਜਾਨਪੁਰ ਵਿੱਚ ਫਲੈਗ ਮਾਰਚ, ਔਰ ਜਿਹੜੀਆਂ ਸਾਡੀਆਂ ਸੰਵੇਦਨਸ਼ੀਲ ਜਗ੍ਹਾ ਹੈਗੀਆਂ ਉੱਥੇ ਸਰਚ ਕਰਵਾਈ ਜਾ ਰਹੀ ਆ, ਔਰ ਉੱਥੇ ਸਾਡੇ ਜਿਹੜੇ ਹੈਗੇ ਆ ਹੋਰ ਜਿਹੜੇ ਓਪਰੇਸ਼ਨਸ ਹੈਗੇ ਆ ਉਹ ਅਸੀਂ ਕਰ ਰਹੇ ਹਾਂ। ਇਹ ਸਾਰਾ ਪਬਲਿਕ ਦੀ ਸੁਰੱਖਿਆ ਦੇ ਮੱਦੇਨਜ਼ਰ ਜਿਹੜਾ ਹੋ ਰਿਹਾ ਜੀ। ਦੇਖੋ, ਆਲਰੇਡੀ ਅਸੀਂ ਬਾਰਡਰ ਡਿਸਟ੍ਰਿਕਟ ਹੋਣ ਕਰਕੇ ਬਾਰਡਰ ਦੇ ਨਾਲ ਨਾਲ ਸਾਡੀਆਂ ਲਗਾਤਾਰ ਹਰ ਰੋਜ਼ ਉੱਥੇ ਸਾਡੇ ਜਿਹੜੇ ਹੈਗੇ ਆ ਓਪਰੇਸ਼ਨਸ ਜਿਹੜੇ ਹੈਗੇ ਆ ਸਾਡੀਆਂ ਟੀਮਸ ਜਿਹੜੀਆਂ ਕਰ ਰਹੀਆਂ ਆ। ਬਾਰਡਰ ਦੇ ਨਾਲ ਜਿੰਨੇ ਐਡਜੋਇਨਿੰਗ ਵਿਲੇਜਸ, ਤਕਰੀਬਨ ਸਾਡੇ 44 ਵਿਲੇਜਸ ਨੇ ਜਿਹੜੇ ਕਿ ਬਾਰਡਰ ਦੇ IB ਤੋਂ 5 ਕਿਲੋਮੀਟਰ ਦੇ ਦਾਇਰੇ 'ਚ ਪੈਂਦੇ ਨੇ, ਔਰ ਹਰ ਰੋਜ਼ ਉੱਥੇ ਕੋਈ ਨਾ ਕੋਈ ਅਸੀਂ ਓਪਰੇਸ਼ਨਲ ਪਲਾਨ ਆਪਣਾ ਬਦਲਦੇ ਹਾਂ ਔਰ ਉੱਥੇ ਕਾਰਵਾਈਆਂ ਚੱਲ ਰਹੀਆਂ। ਇਸ ਤੋਂ ਇਲਾਵਾ ਸਾਡੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਨੇ ਤਕਰੀਬਨ 8 ਦੇ ਕਰੀਬ ਇੰਟਰ ਡਿਸਟ੍ਰਿਕਟ ਅਤੇ ਇੰਟਰ ਸਟੇਟ ਜਿਹੜੇ ਆ ਨਾਕਾਬੰਦੀ ਹੈ, ਜਿੱਥੇ ਸਾਡੇ ਹਾਈ ਡੈਫੀਨੇਸ਼ਨ ਕੈਮਰੇ AMPR ਕੈਮਰੇਜ਼ ਲੱਗੇ ਹੋਏ ਨੇ, ਉਹਨਾਂ 'ਤੇ ਵੀ ਅਸੀਂ ਸਖ਼ਤ ਨਿਗਰਾਨੀ ਰੱਖਦੇ ਹਾਂ, ਉੱਥੇ ਵੀ ਚੈਕਿੰਗ ਕੀਤੀ ਜਾ ਰਹੀ ਹੈ। ਨਹੀਂ, ਕੋਈ ਪੈਰਾਮਿਲਟਰੀ ਫੋਰਸ ਨਹੀਂ ਡਿਪਲਾਇਡ ਹੈਗੀ ਸਾਡੇ ਕੋਲ। ਪੰਜਾਬ ਪੁਲਿਸ ਸਕਸ਼ਮ ਆ, ਔਰ ਸਾਡੇ ਆਪਣੇ ਜਿਹੜੇ ਆ ਸਾਡੀਆਂ ਕਮਾਂਡੋ ਯੂਨਿਟਸ ਹੈਗੀਆਂ SOG, SWAT ਅਤੇ ਘਾਤਕ ਅਤੇ ਪੰਜਾਬ ਪੁਲਿਸ ਦੀਆਂ ਜਿਹੜੀਆਂ ਯੂਨਿਟਸ ਆ ਉਹ ਕਾਰਵਾਈ ਕਰ ਰਹੀ ਹੈ ਜੀ। ਜੀ, ਰੇਲਵੇ ਸਟੇਸ਼ਨ, ਬੱਸ ਸਟੈਂਡ, ਹੋਟਲ ਸਰਾਏ ਜਾਂ ਜਿਹੜੀਆਂ ਪਬਲਿਕ ਵਲਨਰੇਬਲ ਪਲੇਸਿਸ ਆ ਉੱਥੇ ਸਾਰੀ ਜਗ੍ਹਾ 'ਤੇ ਸਰਚ ਚੱਲ ਰਹੀ ਹੈ। ਦੇਖੋ, ਫਲੈਗ ਮਾਰਚ ਇੱਕ ਲੋਕਾਂ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਨੂੰ ਜਗਾਉਣ ਦਾ ਹੈਗਾ, ਔਰ ਨਾਲ ਦੀ ਨਾਲ ਜਿਹੜਾ ਫਲੈਗ ਮਾਰਚ ਦੇ ਦੌਰਾਨ ਕੋਈ ਬੜਾ ਅਨਸਰ, ਕੋਈ ਅਨਅਟੈਂਡੈਂਟ ਜਿਹੜਾ ਹੈਗਾ ਜਾਂ ਕੋਈ ਲੱਗਦਾ ਸਾਨੂੰ ਕੋਈ ਸ਼ੱਕੀ ਚੀਜ਼ ਆ, ਉਹਨੂੰ ਤੁਰੰਤ ਕਾਰਵਾਈ ਕਰਕੇ ਉੱਥੇ ਡਿਫਿਊਜ਼ ਕੀਤਾ ਜਾ ਸਕਦਾ, ਉਹਨੂੰ ਨਿਊਟਰਲਾਈਜ਼ ਕੀਤਾ ਜਾ ਸਕਦਾ। ਇਸ ਕਰਕੇ ਫਲੈਗ ਮਾਰਚ ਜਿਹੜੇ ਕੱਢੇ ਜਾਂਦੇ ਲੋਕਾਂ ਨੂੰ, ਪਹਿਲੀ ਗੱਲ ਤਾਂ 26 ਜਨਵਰੀ ਦੀ ਬਹੁਤ ਬਹੁਤ ਵਧਾਈ ਆ, ਠੀਕ ਹੈ, ਔਰ ਲੋਕ ਬੜੇ ਜੋਸ਼ੋ ਖਰੋਸ਼ ਦੇ ਨਾਲ 26 ਜਨਵਰੀ ਮਨਾਉਣ, ਸੁਰੱਖਿਆ ਲਈ ਅਸੀਂ ਤੈਨਾਤ ਹਾਂ।